ਅੱਜ ਮੈਂ ਤੁਹਾਨੂੰ ਪਲਾਂਟਸ ਨੂੰ ਗਰਮੀ ਦੇ ਵਿੱਚ ਗਰਮੀ ਤੋਂ ਕਿਵੇਂ ਬਚਾਇਆ ਜਾਵੇ ਉਸਦੇ ਤਰੀਕਿਆਂ ਬਾਰੇ ਦੱਸੂੰਗਾ, ਜਿਸ ਵਿੱਚ ਮੈਂ ਤੁਹਾਨੂੰ ਦੋ ਤਰੀਕੇ ਦੱਸੂੰਗਾ, ਇੱਕ ਤਾਂ ਮਲਚਿੰਗ ਵਾਲਾ ਅਤੇ ਇੱਕ ਵਾਟਰਿੰਗ ਵਾਲਾ, ਕਿ ਆਪਾਂ ਪਲਾਂਟਸ ਨੂੰ ਪਾਣੀ ਕਿਸ ਤਰੀਕੇ ਨਾਲ ਦੇਵਾਂਗੇ ਅਤੇ ਉਹਦੇ ਵਿੱਚ ਮਲਚਿੰਗ ਕਰ ਸਕਦੇ ਹਾਂਗੇ, ਜਿਸ ਨਾਲ ਮਤਲਬ ਉਹ ਗਰਮੀ ਤੋਂ ਬਚ ਸਕਣ ਅਤੇ ਉਹਨਾਂ ਦੇ ਪੱਤੇ ਬਰਾਊਨ ਨਾ ਹੋਣ, ਪੀਲੇ ਹੋ ਕੇ ਨਾ ਡਿੱਗਣ ਅਤੇ ਪਲਾਂਟਸ ਆਪਣੇ ਗਰਮੀ ਤੋਂ ਬਚ ਸਕਣ। ਅਤੇ ਇਸ ਦੇ ਵਿੱਚ ਪਹਿਲਾ ਤਰੀਕਾ ਹੈ ਮਲਚਿੰਗ। ਮਲਚਿੰਗ ਦਾ ਮਤਲਬ ਹੁੰਦਾ ਹੈ ਕਿ ਗਮਲਿਆਂ ਦੀ ਉੱਪਰਲੀ ਸਤਹਿ ਦੇ ਉੱਤੇ ਕੋਈ ਵੀ ਚੀਜ਼ ਦੀ ਮਲਚਿੰਗ ਕਰ ਦਿਉ, ਇੱਕ ਇੱਕ ਇੰਚ ਦੀ ਜਾਂ 2 ਇੰਚ ਦੀ, ਜਿਸ ਦੇ ਨਾਲ ਜਿਹੜਾ ਉਹਦਾ ਪਾਣੀ ਆ ਅੰਦਰ ਟਰੈਪ ਹੋਇਆ ਰਹੇ, ਪਾਣੀ ਛੇਤੀ ਛੇਤੀ ਸੁੱਕੇ ਨਾ, ਅਤੇ ਜਿਸ ਦੇ ਨਾਲ ਪਾਣੀ ਸੁੱਕੇਗਾ ਨਹੀਂ ਅਤੇ ਆਪਣੇ ਪੌਦੇ ਹਰੇ ਭਰੇ ਰਹਿਣਗੇ ਅਤੇ ਵਾਰ ਵਾਰ ਪਾਣੀ ਦੇਣ ਦੀ ਜ਼ਰੂਰਤ ਨਹੀਂ ਪਊਗੀ ਅਤੇ ਇਸ ਤਰ੍ਹਾਂ ਆਪਣੇ ਪਲਾਂਟਸ ਨੂੰ ਗਰਮੀ ਤੋਂ ਬਚਾ ਸਕਦੇ ਹਾਂ। ਇਸ ਦੇ ਮਲਚਿੰਗ ਦੇ ਵਿੱਚ ਆਪਾਂ ਬਹੁਤ ਹੀ ਅਲੱਗ ਅਲੱਗ ਤਰੀਕੇ ਨਾਲ ਮਲਚਿੰਗ ਕਰ ਸਕਦੇ ਹਾਂ, ਜਿਵੇਂ ਤੁਹਾਨੂੰ ਦੱਸ ਰਿਹਾ ਪਹਿਲਾਂ ਮੈਂ, ਜਿਵੇਂ ਕਿ ਸਭ ਤੋਂ ਪਹਿਲਾਂ ਹੈ ਪੱਥਰ। ਤੁਸੀਂ ਇਸ ਤਰ੍ਹਾਂ ਦੇ ਪੈਬਲਸ ਗਮਲੇ ਦੇ ਵਿੱਚ ਉੱਪਰਲੀ ਸਤਹਿ ਦੇ ਉੱਪਰ ਵਿਛਾ ਕੇ ਉਹਨਾਂ ਨੂੰ ਮਤਲਬ ਪਾਣੀ ਨੂੰ ਬਚਾ ਸਕਦੇ ਹੋ, ਜਿਹੜਾ ਉਹਦਾ ਭਾਫ਼ ਬਣ ਕੇ ਪਾਣੀ ਉੱਡ ਜਾਂਦਾ ਹੈ ਗਰਮੀ ਦੇ ਵਿੱਚ, ਜਿਵੇਂ ਕਿ ਇਸ ਤਰ੍ਹਾਂ ਮੈਂ ਇੱਥੇ ਵਰਤੇ ਹੋਏ ਹਨ, ਇਸ ਤਰ੍ਹਾਂ ਮੈਂ ਪੱਥਰ ਰੱਖੇ ਹਨ। ਇਸ ਤਰ੍ਹਾਂ ਤੁਸੀਂ ਬਰੀਕ ਪੱਥਰ, ਇੱਟਾਂ ਦੇ ਪੱਥਰ ਵੀ ਯੂਜ਼ ਕਰ ਸਕਦੇ ਹੋ, ਜਿਨ੍ਹਾਂ ਦੇ ਕੋਲ ਨਹੀਂ ਇਸ ਤਰ੍ਹਾਂ ਦੇ ਪੈਬਲਸ ਹੈਗੇ ਪੱਥਰ ਹੈਗੇ, ਉਹ ਇੱਟ ਨੂੰ ਮਤਲਬ ਭੰਨ ਕੇ ਵੀ ਵਰਤ ਸਕਦੇ ਹਾਂ ਅਤੇ ਉੱਪਰਲੀ ਸਤਹਿ ਦੇ ਉੱਪਰ 2-2 ਇੰਚ ਤੀਕਰ ਇਸ ਨੂੰ ਆਪਾਂ ਵਿਛਾ ਸਕਦੇ ਹਾਂ, ਜਿਸ ਦੇ ਨਾਲ ਆਪਣਾ ਪਾਣੀ ਟਰੈਪ ਹੋਇਆ ਰਹੇਗਾ ਅਤੇ ਉਹ ਭਾਫ਼ ਬਣ ਕੇ ਨਹੀਂ ਉੱਡੇਗਾ ਅਤੇ ਆਪਣੇ ਗਮਲੇ ਦੀ ਮਿੱਟੀ ਛੇਤੀ ਛੇਤੀ ਨਹੀਂ ਸੁੱਕੇਗੀ। ਉਸ ਤੋਂ ਬਾਅਦ ਦੂਜਾ ਤਰੀਕਾ ਹੈ ਨਾਰੀਅਲ ਦੇ ਛਿਲਕੇ। ਜਿਵੇਂ ਤੁਸੀਂ ਦੇਖ ਰਹੇ ਹੋ ਇਹ ਨਾਰੀਅਲ ਦੇ ਛਿਲਕੇ ਹਨ, ਇਹਨਾਂ ਨਾਰੀਅਲ ਦੇ ਛਿਲਕਿਆਂ ਨੂੰ ਵਰਤ ਕੇ ਵੀ ਆਪਾਂ ਮਲਚਿੰਗ ਕਰ ਸਕਦੇ ਹਾਂ। ਤੁਸੀਂ ਦੇਖ ਸਕਦੇ ਹੋ ਇਸ ਗਮਲੇ ਦੇ ਵਿੱਚ ਮੈਂ ਇਸੇ ਤਰ੍ਹਾਂ ਨਾਰੀਅਲ ਦੇ ਛਿਲਕੇ ਵਰਤੇ ਹੋਏ ਹਨ, ਜੋ ਕਿ ਉੱਪਰਲੀ ਸਤਹਿ ਦੇ ਉੱਪਰ ਵਿਛਾ ਦਿੱਤੇ ਹਨ ਗਮਲੇ ਦੇ, ਅਤੇ ਜਿਹੜਾ ਅੰਦਰ ਮਿੱਟੀ ਹੋਊਗੀ ਉਹ ਸੌਫਟ ਰਹੇਗੀ ਅਤੇ ਗਿੱਲੀ ਰਹੇਗੀ, ਜਿਸ ਨਾਲ ਆਪਾਂ ਨੂੰ ਵਾਰ ਵਾਰ ਪਾਣੀ ਦੇਣ ਦੀ ਜ਼ਰੂਰਤ ਨਹੀਂ ਪੈਂਦੀ। ਅਤੇ ਇਸ ਮਲਚਿੰਗ ਦੇ ਨਾਲ ਜਿਹੜੇ ਵੀ ਵੀਡਸ ਵਗੈਰਾ ਉਗਦੇ ਹਨ, ਕੋਈ ਘਾਹ ਉਗਦਾ ਹੈ ਉਹ ਨਹੀਂ ਉੱਗੇਗਾ ਅਤੇ ਆਪਣੇ ਪਲਾਂਟਸ ਦਾ ਨਿਊਟ੍ਰੀਐਂਟ ਇਹਨਾਂ ਨੂੰ ਮਿਲਦਾ ਰਹੇਗਾ ਅਤੇ ਪਾਣੀ ਵੀ ਛੇਤੀ ਨਹੀਂ ਸੁੱਕੇਗਾ ਅਤੇ ਪਲਾਂਟਸ ਬਹੁਤ ਵਧੀਆ ਗਰੋਥ ਕਰਨਗੇ। ਉਸ ਤੋਂ ਬਾਅਦ ਹੈ ਪੱਤਿਆਂ ਦੀ ਮਲਚਿੰਗ। ਇਸ ਤਰ੍ਹਾਂ ਆਪਣੇ ਸੁੱਕੇ ਹੋਏ ਪੱਤੇ ਆਪਾਂ ਯੂਜ਼ ਕਰ ਸਕਦੇ ਹਾਂ ਮਲਚਿੰਗ ਦੇ ਲਈ। ਜਿਵੇਂ ਕਿ ਤੁਸੀਂ ਦੇਖ ਸਕਦੇ ਇਹ ਸੁੱਕੇ ਹੋਏ ਪੱਤੇ ਹਨ, ਇਹਨਾਂ ਨੂੰ ਆਪਾਂ ਇਸ ਤਰ੍ਹਾਂ ਗਮਲੇ ਦੀ ਉੱਪਰਲੀ ਸਤਹਿ ਦੇ ਉੱਪਰ 2-2 ਇੰਚ ਤੀਕਰ ਵਿਛਾ ਦੇਵਾਂਗੇ, ਜਿਸ ਦੇ ਨਾਲੇ ਤਾਂ ਇਸਦੀ ਖਾਦ ਬਣ ਜਾਏਗੀ ਅਤੇ ਨਾਲੇ ਇਸਦੀ ਜੋ ਵੀ ਪਾਣੀ ਹੁੰਦਾ ਹੈ ਉਹ ਟਰੈਪ ਰਹੇਗਾ ਅਤੇ ਇਸ ਤਰ੍ਹਾਂ ਇਹ ਹੀਟ ਤੋਂ ਅਤੇ ਗਰਮੀ ਤੋਂ ਬਚੇ ਰਹਿਣਗੇ ਅਤੇ ਜੜ੍ਹਾਂ। ਅਤੇ ਇਸ ਤਰ੍ਹਾਂ ਫਿਰ ਆਪਾਂ ਇਸ ਨੂੰ ਯੂਜ਼ ਕਰਕੇ ਮਲਚਿੰਗ ਇਹਦੀ ਤਿਆਰ ਕਰ ਸਕਦੇ ਹਾਂ। ਪੱਤਿਆਂ ਦੀ ਮਲਚਿੰਗ ਬਹੁਤ ਹੀ ਵਧੀਆ ਮੰਨੀ ਜਾਂਦੀ ਹੈ, ਕਿਉਂਕਿ ਪੱਤਿਆਂ ਦੇ ਨਾਲ ਹੌਲੀ ਹੌਲੀ ਪੱਤੇ ਗਲਣ ਤੋਂ ਬਾਅਦ ਇਹਨਾਂ ਦੀ ਖਾਦ ਵੀ ਬਣੀ ਜਾਂਦੀ ਹੈ ਅਤੇ ਇਹਨਾਂ ਦੇ ਵਿੱਚੋਂ ਪਾਣੀ ਆਪਣੇ ਆਪ ਰਿਸਦਾ ਹੈ ਜਦੋਂ, ਤਾਂ ਉਹ ਨਿਊਟ੍ਰੀਐਂਟ ਵੀ ਨਾਲ ਲਿਖੇ ਜਾਂਦਾ ਹੈ ਅਤੇ ਖਾਦ ਜਿਹੜੀ ਹੈਗੀ ਉਹ ਫਿਰ ਪੌਦਿਆਂ ਦੀ ਗਰੋਥ ਵਿੱਚ ਵੀ ਬਹੁਤ ਹੈਲਪ ਕਰਦੀ ਹੈਗੀ। ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਕਿ ਇਹ ਵਾਲਾ ਸਦਾਬਹਾਰ ਦਾ ਪੌਦਾ ਹੈ, ਜੋ ਜਿਸ ਨੂੰ ਮਤਲਬ ਮੋਇਸਚਰ ਜ਼ਿਆਦਾ ਚਾਹੀਦਾ ਹੈ, ਇਸ ਤਰ੍ਹਾਂ ਇਸਦੇ ਮੋਇਸਚਰ ਨੂੰ ਆਪਾਂ ਟਰੈਪ ਕਰ ਸਕਦੇ ਹਾਂ ਅੰਦਰੋਂ, ਫਿਰ ਇਸ ਤਰ੍ਹਾਂ ਇਹ ਮਿੱਟੀ ਦੀ ਗਿੱਲੀ ਰਹੇਗੀ। ਉਸ ਤੋਂ ਬਾਅਦ ਹੈ ਘਾਹ ਜਿਹੜਾ ਆਪਣਾ ਹੁੰਦਾ ਹੈ ਫਾਲਤੂ, ਜੋ ਵੀ ਘਾਹ ਆਪਣੇ ਦਰੱਖਤਾਂ ਦਾ ਹੁੰਦਾ ਹੈ ਜਾਂ ਘਾਹ ਕਿਸੇ ਵੀ ਤਰ੍ਹਾਂ ਦਾ
ਘਾਹ ਜਿਹੜਾ ਉਹਦਾ ਹੈ ਉਸਨੂੰ ਆਪਾਂ ਯੂਜ਼ ਕਰਕੇ ਮਲਚਿੰਗ ਕਰ ਸਕਦੇ ਹਾਂ। ਇਸ ਤਰ੍ਹਾਂ ਆਪਾਂ ਘਾਹ ਨੂੰ ਯੂਜ਼ ਕਰਕੇ ਇਸ ਤਰ੍ਹਾਂ ਇਸਦੀ ਉੱਪਰਲੀ ਪਰਤ ਦੇ ਉੱਪਰ ਇਸ ਤਰ੍ਹਾਂ ਵਿਛਾ ਦਿਓ, ਜੋ ਕਿ ਇਹ ਵੀ ਹੌਲੀ ਹੌਲੀ ਡੀਕੰਪੋਜ਼ ਹੁੰਦਾ ਰਹੇਗਾ, ਗਲਦਾ ਰਹੇਗਾ, ਸੜਦਾ ਰਹੇਗਾ, ਅਤੇ ਇੱਕ ਤਰ੍ਹਾਂ ਦੀ ਖਾਦ ਵੀ ਬਣਦੀ ਰਹੇਗੀ, ਅਤੇ ਜੋ ਆਪਣੇ ਪੌਦਿਆਂ ਦੀ ਪਾਣੀ ਨੂੰ ਵੀ ਟਰੈਪ ਕਰਕੇ ਰੱਖੇਗਾ, ਅਤੇ ਜੋ ਕਿ ਫਿਰ ਇਹਨਾਂ ਵਾਸਤੇ ਠੰਡਕ ਪੈਦਾ ਕਰੇਗਾ, ਜਿਸ ਨਾਲ ਆਪਣੇ ਪੌਦਿਆਂ ਦਾ ਪਾਣੀ ਖੇਤੀ ਨਹੀਂ ਸੁੱਕੇਗਾ, ਜਿਸ ਨਾਲ ਆਪਾਂ ਉਹਨੂੰ ਗਰਮੀ ਤੋਂ ਬਚਾ ਸਕਦੇ ਹਾਂ। ਉਸ ਤੋਂ ਬਾਅਦ ਕੋਲੇ ਹਨ, ਆਪਣੀ ਲੱਕੜਾਂ ਜੋ ਵੀ ਆਪਾਂ ਯੂਜ਼ ਕਰਦੇ ਹਾਂ ਬਾਲਦੇ ਹਾਂ, ਉਹਨਾਂ ਦੇ ਵਿੱਚ ਕੋਲੇ ਬਣ ਜਾਂਦੇ ਹਨ, ਇਹ ਵੀ ਆਪਣੇ ਅੰਦਰ ਪਾਣੀ ਨੂੰ ਅਬਜ਼ੋਰਬ ਕਰਕੇ ਰੱਖ ਲੈਂਦੇ ਹਨ, ਅਤੇ ਜਿਹੜਾ ਥੱਲੇ ਵਾਲਾ ਪਾਣੀ ਹੁੰਦਾ ਹੈ ਗਮਲਿਆਂ ਦੇ ਵਿੱਚ ਉਸਨੂੰ ਟਰੈਪ ਕਰਕੇ ਰੱਖਦੇ ਹਨ, ਜਿਸ ਤਰ੍ਹਾਂ ਮੈਂ ਤੁਹਾਨੂੰ ਦਿਖਾ ਰਿਹਾ ਹਾਂ। ਇਸ ਤਰ੍ਹਾਂ ਆਪਾਂ ਉੱਪਰਲੀ ਪਰਤ ਦੇ ਵਿੱਚ ਇਸ ਤਰ੍ਹਾਂ ਕੋਲੇ ਵਿਛਾ ਦੇਵਾਂਗੇ, ਜਦੋਂ ਵੀ ਆਪਾਂ ਪਾਣੀ ਦੇਵਾਂਗੇ ਇਹ ਆਪਣੇ ਵਿੱਚ ਵੀ ਪਾਣੀ ਸੋਖ ਲੈਣਗੇ, ਅਤੇ ਜਿਹੜਾ ਥੱਲੇ ਵਾਲਾ ਮਿੱਟੀ ਦਾ ਪਾਣੀ ਹੋਊਗਾ ਉਹ ਵੀ ਭਾਫ਼ ਬਣ ਕੇ ਨਹੀਂ ਉੱਡੇਗਾ ਅਤੇ ਸੁੱਕੇਗਾ ਨਹੀਂ, ਜਿਸ ਨਾਲ ਆਪਣਾ ਪਲਾਂਟ ਸੜੇਗਾ ਨਹੀਂ ਗਰਮੀ ਦੇ ਵਿੱਚ, ਅਤੇ ਉਹ ਗਰਮੀ ਦੇ ਵਿੱਚ ਇਸ ਤਰ੍ਹਾਂ ਹਰਾ ਭਰਾ ਰਹੇਗਾ ਅਤੇ ਗਰਮੀ ਤੋਂ ਬਚਿਆ ਰਹੇਗਾ। ਉਸ ਤੋਂ ਬਾਅਦ ਹੈ ਪਾਣੀ ਦੇਣ ਦਾ ਤਰੀਕਾ ਕਿ ਆਪਾਂ ਬੂਟਿਆਂ ਨੂੰ ਪਾਣੀ ਕਿਵੇਂ ਦੇ ਸਕਦੇ ਹਾਂ। ਜਿਵੇਂ ਕਿ ਤੁਸੀਂ ਦੇਖ ਸਕਦੇ ਹੋ, ਇਸ ਤਰ੍ਹਾਂ ਕਿਸੇ ਵੀ ਗਮਲੇ ਦੇ ਨੀਚੇ ਕੋਈ ਟਰੇਅ ਰੱਖ ਦਿਓ, ਜਾਂ ਤੁਹਾਡੇ ਕੋਲ ਘਰਾਂ ਦੇ ਵਿੱਚ ਇਸ ਤਰ੍ਹਾਂ ਦੇ ਪਲਾਸਟਿਕ ਦੇ ਢੱਕਣ ਹੁੰਦੇ ਹਨ ਉਹਨਾਂ ਨੂੰ ਯੂਜ਼ ਕਰ ਲਓ, ਜਾਂ ਕੋਈ ਇਸ ਤਰ੍ਹਾਂ ਦੇ ਮਿੱਟੀ ਦੀ ਟਰੇਜ਼ ਹੁੰਦੀਆਂ ਹਨ ਉਹਨਾਂ ਨੂੰ ਤੁਸੀਂ ਗਮਲਿਆਂ ਦੇ ਵਿੱਚ ਰੱਖ ਦਿਓ, ਅਤੇ ਉਹਨਾਂ ਦੇ ਵਿੱਚ ਪੱਥਰ ਰੱਖ ਦਿਓ। ਇਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ, ਇਸ ਤਰ੍ਹਾਂ ਪੱਥਰ ਰੱਖ ਦਿਓ, ਜਿਸ ਨਾਲ ਹੌਲੀ ਹੌਲੀ ਨੀਚੇ ਤੋਂ ਗਮਲੇ ਦੇ ਵਿੱਚ ਜਿਹੜਾ ਹੌਲੀ ਹੌਲੀ ਪਾਣੀ ਨੂੰ ਅਬਜ਼ੋਰਬ ਕਰਦੀਆਂ ਰਹਿਣਗੀਆਂ, ਅਤੇ ਆਪਣਾ ਪਲਾਂਟ ਜਿਹੜਾ ਵੀ ਹੈ, ਜੋ ਵੀ ਪਲਾਂਟ ਆਪਣਾ ਗਮਲੇ ਵਿੱਚ ਲੱਗਿਆ ਹੈ ਉਹ ਨੀਚੇ ਪਾਣੀ ਹੌਲੀ ਹੌਲੀ ਲੈਂਦਾ ਰਹੇਗਾ, ਅਤੇ ਇਹਦੇ ਨਾਲ ਗਮਲੇ ਦੇ ਆਲੇ ਦੁਆਲੇ ਇੱਕ ਮੋਇਸਚਰ ਬਣਿਆ ਰਹਿੰਦਾ ਹੈ, ਹਿਊਮਿਡਿਟੀ ਬਣ ਜਾਂਦੀ ਹੈ। ਪਲਾਂਟਸ ਨੂੰ ਹਿਊਮਿਡਿਟੀ ਪਸੰਦ ਹੁੰਦੀ ਹੈ, ਹਿਊਮਿਡਿਟੀ ਦੇ ਵਿੱਚ ਜ਼ਿਆਦਾ ਗਰੋਥ ਕਰਦੇ ਹਨ। ਜਦੋਂ ਇਹ ਪਾਣੀ ਭਾਫ਼ ਬਣ ਕੇ ਉੱਡੇਗਾ ਉੱਪਰ ਨੂੰ ਤਾਂ ਇਹਦੇ ਆਲੇ ਦੁਆਲੇ ਠੰਡਕ ਬਣੀ ਰਹੇਗੀ, ਅਤੇ ਇਹ ਠੰਡਾ ਹੋਇਆ ਰਹੇਗਾ, ਜਗ੍ਹਾ ਹੈ ਨਹੀਂ ਇੰਨੀ, ਜਿਸ ਦੇ ਨਾਲ ਆਪਣਾ ਪਲਾਂਟ ਬਹੁਤ ਹੀ ਵਧੀਆ ਗਰੋਥ ਕਰੇਗਾ। ਇੱਕ ਤਾਂ ਪਲਾਂਟ ਨੂੰ ਪਾਣੀ ਮਿਲ ਗਿਆ, ਦੂਸਰਾ ਪਲਾਂਟ ਨੂੰ ਠੰਡਕ ਮਿਲ ਗਈ, ਅਤੇ ਉਹ ਗਰਮੀ ਤੋਂ ਬਚ ਗਿਆ। ਇਸ ਤਰ੍ਹਾਂ ਇਸੇ ਤਰ੍ਹਾਂ ਦੀ ਇੱਕ ਟਰੇਅ ਜਿਵੇਂ ਤੁਸੀਂ ਦੇਖ ਸਕਦੇ ਹੋ, ਇਸ ਤਰ੍ਹਾਂ ਟਰੇਅ ਦੇ ਵਿੱਚ ਆਪਾਂ ਪਾਣੀ ਯੂਜ਼ ਕਰ ਸਕਦੇ ਹਾਂ, ਜਿਸ ਨਾਲ ਹੌਲੀ ਹੌਲੀ ਜਦੋਂ ਪਲਾਂਟਸ ਦੀ ਮਿੱਟੀ ਸੁੱਕਦੀ ਰਹੂਗੀ ਗਰਮੀ ਦੇ ਨਾਲ, ਅਤੇ ਪਲਾਂਟਸ ਜਿਹੜੇ ਆਪਣੇ ਗਮਲੇ ਦੇ ਵਿੱਚੋਂ ਗਮਲੇ ਆਪਣੇ ਪਾਣੀ ਥੱਲੇ ਸੁੱਕਦੇ ਰਹਿਣਗੇ, ਅਤੇ ਗਮਲੇ ਤੋਂ ਪਾਣੀ ਫਿਰ ਆਪਣਾ ਪਲਾਂਟ ਇਸ ਤਰ੍ਹਾਂ ਵੈਪੋਰੇਟ ਸੁੱਕਦਾ ਰਹੇਗਾ, ਜਿਸ ਦੇ ਨਾਲ ਇਹ ਪਲਾਂਟਸ ਆਪਣੀ ਗਰਮੀ ਤੋਂ ਬਚੇ ਰਹਿਣਗੇ। ਉਸ ਤੋਂ ਬਾਅਦ ਇੱਕ ਹੋਰ ਤਰੀਕਾ ਹੈ, ਜਿਸ ਨਾਲ ਮਤਲਬ ਤੁਸੀਂ ਆਪਣੇ ਪਲਾਂਟਸ ਨੂੰ ਗਰਮੀ 'ਚ ਬਚਾ ਸਕਦੇ ਹੋ, ਕਿ ਇਸ ਤਰ੍ਹਾਂ ਦੀਆਂ 2-3 ਬਾਲਟੀਆਂ ਗਮਲਿਆਂ ਦੇ ਕੋਲ ਭਰ ਭਰ ਕੇ ਰੱਖ ਦਿਓ। ਜਦੋਂ ਇਹ ਪਾਣੀ ਭਾਫ਼ ਬਣ ਕੇ ਉੱਡੇਗਾ, ਭਾਫ਼ ਬਣ ਕੇ ਉੱਡਣ ਤੋਂ ਬਾਅਦ ਇਹ ਸਾਰੇ ਇੱਥੇ ਹਿਊਮਿਡਿਟੀ ਪੈਦਾ ਹੋ ਜਾਏਗੀ, ਅਤੇ ਹੀਟ ਦੇ ਨਾਲ ਮਤਲਬ ਠੰਡਕ ਇੱਕ ਪੈਦਾ ਹੋ ਜਾਏਗੀ, ਜੋ ਕਿ ਪਲਾਂਟਸ ਨੂੰ ਗਰਮੀ ਤੋਂ ਬਚਾਏਗੀ। ਇਸ ਤਰ੍ਹਾਂ ਤੁਸੀਂ ਜ਼ਿਆਦਾ ਤੋਂ ਜ਼ਿਆਦਾ ਗਮਲਿਆਂ ਨੂੰ ਇਕੱਠੇ ਕਰਕੇ ਰੱਖੋ ਗਰਮੀ ਦੇ ਵਿੱਚ। ਜਦੋਂ ਆਪਾਂ ਗਮਲਿਆਂ ਨੂੰ ਜ਼ਿਆਦਾ ਪੌਦਿਆਂ ਨੂੰ ਇਕੱਠੇ ਇਕੱਠੇ ਕਰਕੇ ਰੱਖਾਂਗੇ ਤਾਂ ਉਹ ਆਪਣੇ ਆਪ ਇੱਕ ਤਰ੍ਹਾਂ ਦਾ ਹਿਊਮਿਡਿਟੀ ਬਣਾਉਣਗੇ, ਜਿਸ ਦੇ ਨਾਲ ਆਪਣੇ ਪਲਾਂਟਸ ਸੜਨਗੇ ਨਹੀਂ ਗਰਮੀ ਦੇ ਵਿੱਚ, ਅਤੇ ਉਹ ਗਰਮੀ ਤੋਂ ਬਚੇ ਰਹਿਣਗੇ। ਤਾਂ ਹੀ ਤੁਸੀਂ ਦੇਖ ਸਕਦੇ ਹੋ ਮੇਰੇ ਸਾਰੇ ਪਲਾਂਟਸ, ਮੈਂ ਸਾਰੇ ਪਲਾਂਟਸ ਨੂੰ ਇਕੱਠੇ ਇਕੱਠੇ ਕਰਕੇ ਰੱਖਿਆ ਹੋਇਆ ਹੈ, ਜਿਸ ਦੇ ਨਾਲ ਇਹ ਬਹੁਤ ਹੀ ਵਧੀਆ ਗਰੋਥ ਕਰਦੇ ਹਨ। ਉਸ ਤੋਂ ਬਾਅਦ ਨੈਚੁਰਲ ਆਪਣੀ ਮਲਚਿੰਗ ਕਰ ਸਕਦੇ ਹਾਂ, ਜਿਵੇਂ ਕਿ ਇੱਥੇ ਮੈਂ ਪੁਦੀਨਾ ਲਗਾ ਰੱਖਿਆ ਹੈ ਗਮਲੇ ਦੇ ਵਿੱਚ, ਆਪਾਂ ਪੁਦੀਨਾ ਲਗਾ ਕੇ, ਅਤੇ ਜਿਹੜੀ ਹੇਠਾਂ ਵਾਲੀ ਮਿੱਟੀ ਹੋਊਗੀ ਉਹ ਛੇਤੀ ਸੁੱਕਦੀ ਨਹੀਂ, ਤੁਸੀਂ ਦੇਖ ਸਕਦੇ ਹੋ
ਇਸਦੀ ਇਸ ਤਰ੍ਹਾਂ ਇਹ ਸਲਾਬੀ ਰਹਿੰਦੀ ਹੈ ਮਿੱਟੀ, ਕਿਉਂਕਿ ਇਹ ਪਾਣੀ ਨੂੰ ਅਬਜ਼ੋਰਬ ਕਰਕੇ ਰੱਖਦਾ ਹੈ ਅਤੇ ਇਹਦੀਆਂ ਜੜ੍ਹਾਂ ਪਾਣੀ ਨੂੰ ਮਤਲਬ ਸੁੱਕਣ ਨਹੀਂ ਦਿੰਦੀਆਂ ਗਮਲੇ ਦੇ ਵਿੱਚੋਂ, ਜਿਸ ਦੇ ਨਾਲ ਆਪਣਾ ਪਲਾਂਟ ਬਹੁਤ ਹੀ ਵਧੀਆ ਗਰੋਥ ਕਰਦਾ ਰਹਿੰਦਾ ਹੈ। ਇਸੇ ਤਰ੍ਹਾਂ ਤੁਸੀਂ ਪਲਾਂਟਸ ਦੇ ਵਿੱਚ ਵੱਡੇ ਗਮਲੇ ਦੇ ਵਿੱਚ ਛੋਟੇ ਛੋਟੇ ਗਮਲੇ ਇਸ ਤਰ੍ਹਾਂ ਛੋਟੇ ਛੋਟੇ ਗਮਲੇ ਰੱਖ ਸਕਦੇ ਹੋ, ਜਿਸ ਨਾਲ ਜਿਹੜੇ ਛੋਟੇ ਗਮਲੇ ਵਾਲੇ ਬੂਟੇ ਹਨ ਉਹ ਵੀ ਬਚੇ ਰਹਿਣਗੇ ਅਤੇ ਜਿਹੜਾ ਥੱਲੇ ਇਹਨਾਂ ਦਾ ਪਾਣੀ ਹੋਊਗਾ ਉਹ ਵੀ ਛੇਤੀ ਨਹੀਂ ਸੁੱਕੇਗਾ ਗਮਲੇ ਦੇ ਵਿੱਚੋਂ, ਜਿਸ ਦੇ ਨਾਲ ਫਿਰ ਆਪਣੇ ਪਲਾਂਟਸ ਦੀ ਗਰੋਥ ਵਧੀਆ ਚੱਲਦੀ ਰਹੇਗੀ। ਇਸ ਤਰ੍ਹਾਂ ਬਹੁਤ ਇਹ ਤਰੀਕੇ ਬਹੁਤ ਹੀ ਵਧੀਆ ਹਨ ਮਲਚਿੰਗ ਵਾਲੇ, ਅਤੇ ਜਦੋਂ ਵੀ ਤੁਸੀਂ ਵੱਟ ਦੇਣਾ ਹੈ ਪਲਾਂਟਸ ਨੂੰ ਜਾਂ ਤਾਂ 8 ਵਜੇ ਤੋਂ ਪਹਿਲਾਂ ਦਿਓ, 6 ਤੋਂ 8 ਦੇ ਵਿਚਾਲੇ ਵਾਲੇ ਸੁਬਾਹ ਦੇ ਵਿਚਾਲੇ, ਅਤੇ ਜਾਂ ਫਿਰ ਸ਼ਾਮ ਨੂੰ 7 ਵਜੇ ਤੋਂ 6:30 ਵਜੇ ਤੋਂ ਬਾਅਦ ਜਦੋਂ ਗਰਮੀ ਧੁੱਪ ਖਤਮ ਹੋ ਜਾਏ ਉਸ ਤੋਂ ਬਾਅਦ ਆਪਣੇ ਸਾਰੇ ਪਲਾਂਟਸ ਨੂੰ ਪਾਣੀ ਦਿਓ। ਅਤੇ ਪਾਣੀ ਦੇਣ ਦਾ ਸਭ ਤੋਂ ਬੈਸਟ ਤਰੀਕਾ ਹੁੰਦਾ ਹੈ ਸ਼ਾਵਰਿੰਗ ਕਰਨਾ, ਇਸ ਤਰ੍ਹਾਂ ਆਪਣੇ ਬੂਟਿਆਂ ਦੇ ਉੱਪਰ ਸ਼ਾਵਰ ਕਰੋ। ਤੁਸੀਂ ਦੇਖ ਸਕਦੇ ਹੋ ਜਿਵੇਂ ਮੈਂ ਕਰ ਰਿਹਾ ਹਾਂ, ਜਿਸ ਦੇ ਨਾਲ ਜਿਹੜੇ ਇਹਨਾਂ ਦੀਆਂ ਪੋਰਸ ਹੁੰਦੇ ਹਨ ਪਲਾਂਟਸ ਦੇ ਪੱਤਿਆਂ ਦੇ ਵਿੱਚ ਪੋਰਸ ਹੁੰਦੇ ਹਨ ਉਹ ਪਾਣੀ ਅਬਜ਼ੋਰਬ ਕਰਦੇ ਰਹਿਣਗੇ ਅਤੇ ਇਹਨਾਂ ਨੂੰ ਠੰਡੇ ਰਹਿਣਗੇ ਅਤੇ ਆਪਣੇ ਪਲਾਂਟਸ ਦੇ ਪੱਤੇ ਸੜਦੇ ਨਹੀਂ। ਇਸ ਤਰ੍ਹਾਂ ਨਵੇਂ ਨਵੇਂ ਸ਼ੂਟਸ ਆਉਣਗੀਆਂ, ਤੁਸੀਂ ਦੇਖ ਸਕਦੇ ਹੋ ਇਸਦੀ ਕਿੰਨੇ ਵਧੀਆ ਤਰੀਕੇ ਨਾਲ ਨਵੀਆਂ ਨਵੀਆਂ ਸ਼ੂਟਸ ਨਿਕਲ ਰਹੀਆਂ ਹਨ। ਇਹ ਸਪਰਿੰਕਲਿੰਗ ਕਰਨ ਦਾ ਤਰੀਕਾ ਸਭ ਤੋਂ ਬੈਸਟ ਹੁੰਦਾ ਹੈ ਪਾਣੀ ਦੇਣ ਦਾ ਤਰੀਕਾ। ਤੁਸੀਂ ਆਪਣੇ ਪਲਾਂਟਸ ਨੂੰ ਗਰਮੀ ਦੇ ਵਿੱਚ 2 ਵਾਰੀ ਡੇਲੀ 2 ਵਾਰੀ ਇਸ ਤਰ੍ਹਾਂ ਸ਼ਾਵਰਿੰਗ ਕਰੋ ਅਤੇ ਸ਼ਾਵਰਿੰਗ ਦੇ ਨਾਲ ਪਲਾਂਟਸ ਦੀ ਗਰੋਥ ਵਧੀਆ ਹੁੰਦੀ ਹੈ ਅਤੇ ਇਹਦੇ ਪੱਤੇ ਹਨ ਉਹਨਾਂ ਦਾ ਕਲਰ ਵੀ ਗ੍ਰੀਨ ਰਹਿੰਦਾ ਹੈ ਅਤੇ ਉਹਨਾਂ ਦੇ ਪੱਤੇ ਸੜਦੇ ਵੀ ਨਹੀਂ। ਤੁਸੀਂ ਦੇਖ ਸਕਦੇ ਹੋ ਇਹਨਾਂ ਦੇ ਕੋਈ ਵੀ ਪੱਤੇ ਸੜੇ ਨਹੀਂ ਹਨ, ਸਾਰਿਆਂ ਦੀ ਟਿਪਸ ਬਹੁਤ ਹੀ ਵਧੀਆ ਗਰੋਥ ਕਰ ਰਹੀਆਂ ਹਨ। ਇਸ ਤਰ੍ਹਾਂ ਤੁਸੀਂ ਮਲਚਿੰਗ ਅਤੇ ਵਾਟਰਿੰਗ ਦੇਣ ਦੇ ਤਰੀਕੇ ਦੇ ਨਾਲ ਤੁਸੀਂ ਆਪਣੇ ਪਲਾਂਟਸ ਨੂੰ ਗਰਮੀ ਤੋਂ ਬਚਾ ਸਕਦੇ ਹੋ, ਜਿਸ ਦੇ ਨਾਲ ਤੁਹਾਡੇ ਪਲਾਂਟਸ ਬਹੁਤ ਹੀ ਵਧੀਆ ਗਰੋਥ ਕਰਨਗੇ ਅਤੇ ਇਹ ਗਰਮੀ ਤੋਂ ਇਸ ਤਰ੍ਹਾਂ ਬਚੇ ਵੀ ਰਹਿਣਗੇ। ਜੇ ਤੁਹਾਨੂੰ ਮੇਰੀ ਵੀਡੀਓ ਪਸੰਦ ਆਈ ਹੋਵੇ ਤਾਂ ਸ਼ੇਅਰ ਕਰਨਾ, ਲਾਈਕ ਕਰਨਾ, ਸਬਸਕ੍ਰਾਈਬ ਕਰਨਾ ਮੇਰੇ ਚੈਨਲ ਨੂੰ ਅਤੇ ਮੇਰੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ। ਅਤੇ ਇਹਨਾਂ ਤਰੀਕਿਆਂ ਨੂੰ ਤੁਸੀਂ ਅਪਣਾ ਕੇ ਆਪਣੇ ਪਲਾਂਟਸ ਦੀ ਗਰੋਥ ਨੂੰ ਵਧੀਆ ਕਰ ਸਕਦੇ ਹੋ ਅਤੇ ਆਪਣੇ ਗਾਰਡਨ ਨੂੰ ਹੋਰ ਵੀ ਚੰਗੀ ਤਰ੍ਹਾਂ ਸਜਾ ਸਕਦੇ ਹੋ। ਇਹ ਮਲਚਿੰਗ ਦੇ ਤਰੀਕੇ ਅਤੇ ਪਾਣੀ ਦੇਣ ਦਾ ਤਰੀਕਾ ਤੁਸੀਂ ਜ਼ਰੂਰ ਵਰਤ ਕੇ ਦੇਖਣਾ, ਜਿਸ ਦੇ ਨਾਲ ਤੁਹਾਡੀ ਪਲਾਂਟਸ ਦੀ ਗਰੋਥ ਤੁਹਾਨੂੰ ਆਪਣੇ ਆਪ ਪਤਾ ਲੱਗ ਜਾਏਗੀ ਕਿ ਕਿੰਨੀ ਵਧੀਆ ਤਰੀਕੇ ਨਾਲ ਆਪਣੇ ਪਲਾਂਟਸ ਗਰੋਥ ਕਰਦੇ ਹਨ। ਧੰਨਵਾਦ, ਥੈਂਕ ਯੂ।